बिल्कुल सीजन से अंगूर तैयार था, अंगूर यानी कि उसका क्या करने से बेचने से पेटियां और बचाने ने मरया था कौन इन्ने तो बहुत फायदा है ना। बागा ना बाग एक आध माफी लगी बात है ना, बहुत मजे ने अड़वा लाई आए ना फ्रेश जे अड़वा स्वाद मतलब अड़वा लिया ना मल्टी ने हो ही नहीं सकना। हां ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ, ਉਮੀਦ ਹੈ ਜੀ ਸਾਰੇ ਠੀਕ ਠਾਕ ਹੋ ਸੋ, ਖੁਸ਼ਪਾਸ਼ ਹੋ ਸੋ ਅਤੇ ਅੱਲਾਹ ਤਾਲਾ ਨੇ ਹਿਫਜ਼ ਹੋ ਅਮਾਨ ਹੀ ਚ ਹੋ ਸੋ, ਜਿੱਥੇ ਵੀ ਹੋ ਸੋ ਆਪਣੀ ਜ਼ਿੰਦਗੀ ਐਸਨ ਅੰਦਾਜ਼ ਨਾਲ ਗੁਜ਼ਾਰਨੇ ਹੋ ਸੋ। ਕਸ਼ਮੀਰੀ ਵਲਾਗਰ ਆਦਰ ਇੱਕ ਨਿਆ ਔਰ ਖੂਬਸੂਰਤ ਜਿਹਾ ਵਲਾਗ ਨੇ ਤੁਹਾਡੀ ਖਿਦਮਤ ਵਿੱਚ। ਕਸ਼ਮੀਰੀ ਵਲਾਗ ਦਾ ਮੇਜ਼ਬਾਨ ਮੁਹੰਮਦ ਇਰਫਾਨ, ਸਫੀਰ ਅਹਿਮਦ, ਪਾਪਾ ਇਸਰਾਰ। ਪਰੇ ਕਰੇ ਅਜੀਬ ਜਿਹਾ ਲੱਗਣਾ ਹੈ, ਕਿਆ ਹੋਇਆ ਜੀ? ਬਾਹਰ ਕਰਦਾ ਔਰ ਸੇ ਕੰਗਾ ਕੋਈ ਮਾਰਿਆ, ਇਹ ਕਿਸ ਤਰ੍ਹਾਂ ਹੀ ਸਕਣਾ ਕੋਈ ਨਾ ਮਾਰਿਆ ਕੰਗਾ, ਇਹ ਕਿਸ ਤਰ੍ਹਾਂ ਹੀ ਸਕਣਾ ਕਿਸ ਕੰਗਾ ਨਾ ਮਾਰੋ, ਕੰਗਾ ਨਾ ਮਾਰੋ। ਮੈਂ ਇਹਦਾ ਬਾਬੇ ਤੂੰ ਆਹ ਇੰਨੀ ਜਾਇ ਨਾ ਲੱਗ ਕੰਗਾ ਮਾਰਨਾ ਇਸ ਵਾਰ ਨੂੰ ਕੋਈ। ਹਾਏ 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 ਪੈਣਾ ਬਰੋ, ਵੈਸੇ ਅਸਾਂ ਕੋਈ ਨਹੀਂ ਆਇਆ, ਅਸਾਂ ਆਪਣੇ ਕੋਲ ਬਈ ਨੇ ਅਸਾਂ ਕੜਾ ਲਾਇਆ ਜੀ। ਅਸਾਂ ਵੈਸੇ ਮਜ਼ਾਕ ਤਾਂ ਨਾ ਆਇਆ ਇਹਨਾਂ ਕਿ ਬਾਲ ਸੋਹਣੇ ਲੱਗਣੇ ਨੂੰ ਆਇਆ, ਚਲੋ ਅੱਜ ਸਾਰੇ ਦਿਨ ਸੋਹਣਾ ਤਾਂ ਲੱਗਣਾ ਤੇ ਹੁਣ ਆਇਆ ਕੋਈ ਲੱਗਣੇ ਤੈਨੂੰ ਮੁੜੀ ਚੇਂਜ ਕਰੀ ਉਹਦੇ ਮੁੜੀ ਸੋਹਣਾ ਆਇਆ ਤਾਂ ਮੁੜੀ ਕਬੂਆ ਜੇ ਕਰੀ ਉਹਦੇ ਨੇ। ਵੀਡੀਓ ਬੜੀ ਇੰਟਰਸਟਿੰਗ ਹੋਣੇ ਆ ਰਹੀ ਹੈ, ਕਿਆ ਕਿ ਆਜ ਨਹੀਂ ਵੀਡੀਓ 'ਚ ਸੁਣਸੋ ਕਿ ਉਹ ਚੀਜ਼ ਦੱਸਾਂ ਆ ਜਿਸਨੇ ਤੁਸਾਂ ਦਾ ਪਤਾ ਨਹੀਂ ਸ਼ੁਕੀ ਨਾ ਆਏ ਹੋ ਨਹੀਂ, ਲੇਕਿਨ ਅਸਾਂ ਬਹੁਤ ਸ਼ੁਕੀ ਨਾ ਖਾਣੇ ਪੀਣੇ ਨੇ, ਅਸਾਂ ਬਹੁਤ ਸ਼ੁਕੀ ਨਾ ਇਸ ਤਰ੍ਹਾਂ ਸਾਡੇ ਕੋਲ ਖਾਤੇ ਪੀਤੇ ਘਰਾਣੇ ਨਾਲ ਤਾਂ ਲੱਗ ਰਿਹਾ। ਮਾਸ਼ਾਅੱਲਾ ਮਾਸ਼ਾਅੱਲਾ, ਵੈਸੇ ਵੀ ਜਿਹੜਾ ਨਾ ਠੀਕ ਤਾਂ ਬੰਦਾ ਕੋਈ ਚੀਜ਼ ਆਪ ਪੈਦਾ ਕਰਨਾ ਉਸਨੇ ਕੁਛ ਚਾਸੀ ਹੋ ਲਾ ਦੇਸੀ ਮਾਹੌਲ ਹੋਇਆ ਹੈ, ਦੇਸੀ ਖੁਰਾਕ ਹੋਇਆ ਹੈ, ਆਈ ਲੱਸੀ ਮਰਜ਼ੀ ਹੈ ਨਾ, ਲੇਕਿਨ ਚਲੋ ਕਿ ਲੱਸੀ ਮਰਜ਼ੀ ਕੋਣੀ ਪੈਣਾ ਬ੍ਰੋ, ਮੈਂ ਤਾਂ ਫਿਕਰ ਨਹੀਂ ਸੀ ਕਿਹਾਣੇ ਉਹ ਕਿਆ ਬਣੇ ਸੀ ਉੱਥੇ ਕੋਈ ਲੱਸੀ ਮਰਜ਼ੀ, ਖਾਸ ਕਰ ਜੰਗਲੇ ਨੇ ਲੋਕ ਉਹ ਸਰਦੀ ਥਾ ਜਾਣ ਅਗਲੇ ਥਾ ਲੱਸੀ ਮਰਜ਼ੀ ਬਿਲਕੁਲ ਨਹੀਂ ਕਿਆ ਸੀ ਥੋੜੀ ਲੱਸੀ ਮਰਜ਼ੀ ਕਦਰ ਆ ਸਕਦੇ ਨਾ ਨਾ ਪਾਪੇ ਉਹਨਾਂ ਕੀ ਵੀ ਤੇ ਨਹੀਂ ਨਹੀਂ ਥੀ ਜਾਂਦੀ ਹੈ ਜਲਾਸ਼ ਨੇ ਉਹ ਜ਼ਾਰੀ ਗਲੀ ਉਹ ਜਲਾਸ਼ ਨੇ ਇਹਨਾਂ ਦੇ ਪ੍ਰੋਵਾਈ ਪਿਛਾ ਫਰੂਟ ਫਾਰਮ ਹੈ, ਇਹ ਥੋੜਾ ਉਲਟਾ ਲਿਖਾ ਗਿਆ ਸੈਲਫੀ ਮੋਡ, ਸੋ ਇਹ ਕਿ ਅੱਜ ਅਸੀਂ ਇੱਕ ਫਰੂਟ ਫਾਰਮ ਵਿਜ਼ਿਟ ਕਰਨਾ ਆ। ਪਹਿਲੇ ਵੀ ਅਸਾਂ ਮਿਸ਼ਾ ਦਾ ਕੋਈ ਪਿਛਲੇ ਸਾਲ ਹੀ ਉਸ ਤੋਂ ਪਿਛਲੇ ਸਾਲ ਆਏ ਸੀ, ਪਿਛਲੇ ਹਾਂ 2 ਸਾਲ ਪਹਿਲੇ ਆਏ ਸਾਂ, ਤੇ ਇਸ ਦਫਾ ਵੀ ਅਸਾਂ ਆਇਆ ਕਿ ਚਲੋ ਵਿਜ਼ਿਟ ਕਰਦੇ ਹਾਂ, ਜਲੀ ਤੁਸਾਂ ਕੀ ਦੱਸਣੇ ਆ ਕਿਹੜੇ ਕਿਹੜੇ ਫਰੂਟ ਲੱਗੇ ਹੋਏ ਹਨ, ਕਿਹੜੇ ਪੱਕੀ ਗਿਆ ਹਨ, ਕਿਹੜੇ ਜਾਂ ਤਿਆਰ ਹੋਣੇ ਪਿਆ। ਠੀਕ ਹੈ ਹਾਂਜੀ ਮਾੜੀਓ ਭੈਣੋ ਤੇ ਮਾੜੇ ਪ੍ਰੋ, ਪੁੱਜੇ ਆ ਅਲਜ਼ੀਰ ਫਰੂਟ ਫਾਰਮ ਫਾਰਮ ਕਰਦੀ ਹੋਏਗੀ ਕੋਈ ਗੱਲ ਨਹੀਂ। ਅੱਛਾ ਇੱਥੇ ਜਨਾਬ ਬਾਗ ਹੈ ਫਲਾਣਾ ਸਿਰਫ ਔਰ ਸਿਰਫ, ਠੀਕ ਹੈ ਬਾਬੇ ਨਜ਼ੀਰ ਐਂਟਰੀ ਪੁਆਇੰਟ ਹੈ ਜ਼ਬਰਦਸਤ ਮਾਸ਼ਾਅੱਲਾ, ਕਦੇ ਕਦੇ ਪੜ੍ਹੀ ਨਾ ਸਾ ਬਾਬੇ ਨਜ਼ੀਰ ਭੁੱਟੋ ਬਾਬੇ ਯੂਸਫ ਰਜ਼ਾ ਗਿਲਾਨੀ ਬਾਬੇ ਬਨਜ਼ੀਰ ਜੇ ਥਿਆ ਨਾ ਬੇਚਣੇ ਸੀ ਪੇਟੀਆਂ ਹੀ ਪੈਕ ਕਰਨੇ ਤੇ ਆੜੂ ਨੀ ਕਹਿ ਰਹੇ ਹੋ ਆੜੂ ਪਿਛਲੇ ਉਧਰ ਲੱਗੇ ਸੀ ਆੜੂ ਖਤਮ ਹੋਈ ਹੈ।
ਬਿਲਕੁਲ ਜਿਹੜਾ ਨਾ ਕੋਈ ਨਾ ਕੋਈ ਲੱਭਸੀ, ਲੇਕਿਨ ਹੈ ਕਿ ਮਾਰਕੀਟ ਹੀ ਮੈਂ ਸੋਚਣਾ ਜੇ ਅਸ ਚੱਖਿਆ ਵੀ ਨਹੀਂ ਹੈ ਕੋਈ ਖਾਸ, ਲੇਕਿਨ ਪਤਾ ਨਹੀਂ ਨਾ ਕੋਈ ਐਡਵਾਂਸ ਪੁੱਤਰ ਵੇਚੀ ਉੜਿਆ ਪੱਕੀ ਜਲਦੀ ਗਿਆ, ਪਤਾ ਨਹੀਂ ਕਿਹਾ ਜਿਹੜੇ ਗਰਮ ਇਲਾਕੇ ਵਿੱਚ ਹੋਣੇ ਨੇ ਫਰੂਟ ਉਹ ਥੋੜ੍ਹੇ ਅਰਲੀ ਹੋ ਜਾਣੇ, ਉਹ ਜਾਂ ਮੈਂ ਠੰਡੇ ਇਲਾਕਿਆਂ ਵਿੱਚ ਵੇਚੀ ਜਾਂ ਬਾਹਰੋਂ ਇਸ ਨਾਲ ਮਾਰਕੀਟ ਵਿੱਚ ਪੈ ਰਹੇ ਹੋ। ਔਰ ਹੁਣ ਸੰਗੀ ਅਸਾਂ ਸਾਰਿਆਂ ਤੋਂ ਪਹਿਲੇ ਦੱਸਦੇ ਹਾਂ ਐਸਾ ਫਰੂਟ ਜਿਹੜਾ ਬਹੁਤ ਹੀ ਜ਼ਿਆਦਾ ਲੱਭਣਾ ਹੈ, ਅੰਬ ਜੀ ਐ ਰਹਿ ਸਕੇ ਦੱਸੋ ਨਾ ਬਾਲ ਟਾਈਮ ਹੈ ਜੀ ਇਹ ਇਹਦਾ ਲੇਟ ਆ ਨਾ ਬਿਲਕੁਲ। ਅੱਛਾ ਇੱਕ ਹੋਰ ਤੁਸੀਂ ਮੈਂ ਦੱਸਾਂ ਸਭ ਆਸਾਂ ਨਹੀਂ ਗਰਮ ਇਲਾਕੇ ਵਿੱਚ ਸਭ ਤੋਂ ਲੇਟ ਅਗਰ ਤਿਆਰ ਹੋਣਾ ਤਾਂ ਅੰਬ ਮਾਰਕੀਟ ਵਿੱਚ ਪਹਿਲੇ ਆ ਜਾਣਾ ਲੇਕਿਨ ਬਾਕੀ ਜਿੱਦਾਂ ਚੀਜ਼ਾਂ ਜਾਂ ਖੁਬਾਣੀ ਹੋਏਗੀ ਅਲਬਹਾਰਾ ਹੋਈ ਗਿਆ ਆੜੂ ਹੋਈ ਗਏ ਇਹ ਸਾਡੇ ਇਲਾਕੇ ਪਹਿਲੇ ਤਿਆਰ ਹੋਣੇ ਬਾਕੀ ਜਿਹੜਾ ਏਰੀਆ ਹੀ ਮਾਰਕੀਟ ਵਿੱਚ ਨਾ ਉਹ ਪਾ ਦਿੱਤੀ ਉਹ ਵੀ ਤਿਆਰ ਹੋਈ ਗਿਆ ਔਰ ਬਚਾਉਣੇ ਨੇ ਮਰਿਆ ਤੱਕ ਹੁਣ ਇਸੀ ਕਿਵੇਂ ਛੋੜੀ ਤਾਂ ਨਿੱਕਾ ਨਿੱਕੇ ਕਾਫੀ ਜ਼ਿਆਦਾ ਉੱਧਰ ਵੀ ਉੱਧਰ ਹੀ ਛੋੜੇ ਨੇ ਉਹ ਮਿਸ਼ਾਗਾ ਜਿਹੜੇ ਕੋਈ ਜ਼ਿਆਦਾ ਬੜੇ ਸੀ ਨਾ ਹੁਣ ਕੀ ਲੈ ਜਾਣੇ ਇਸ ਵਿੱਚ ਇੱਕ ਹੀ ਆ ਚਲੋ ਕਿ ਪਰਿੰਦਿਆਂ ਤੋਂ ਬਚਾਉਣੇ ਨੇ ਮਰਿਆ ਇਹਨਾਂ ਕੀ ਠੀਕ ਵੀ ਆ ਚਲੋ ਧੁੱਪੇ ਤੋਂ ਵੀ ਬਚੀ ਜਾਣੇ ਕਿਉਂਕਿ ਵੈਸੇ ਧੁੱਪ ਜੀ ਸਾਹਿਬ ਗਰਮੀ ਆਈ ਨਾ ਇਹ ਸੜੀ ਸੜਨੇ ਮੈਂ ਤਾਂ ਕੋਈ ਨਾ ਪੀਣੀ ਨਾ ਜੀ ਨਾ ਜੇ ਪੱਕੇ ਨਹੀਂ ਨਾ ਲਾ ਦੇਖ ਨਾ ਬੂਟਾ ਆ ਇਹ ਸੇਬ ਦੇ ਨਾ ਇਹ ਆਲੂ ਬਹਾਰਾ ਆ ਇਹ ਉਹ ਤੇ ਪਾਰ ਰਾਮ ਬਾਉ ਵੀ ਆਮ ਬਤਾਈ ਸਾਹਿਬ ਦੀਦੀ ਜ਼ਾੜੋ ਉਹਨੇ ਆੜੂ ਆ ਭਜਣਾ ਤਾਂ ਪਹਿਲੇ ਮੁਕਰੀ ਕੇ ਸੁਣਾਇਆ ਸਾ ਜੀ ਆੜੂ ਤਾਂ ਲਗਾ ਬਾਈ ਕੋਈ ਕੱਲ ਉਹਨਾਂ ਨੇ ਬਿਲਕੁਲ ਠੀਕ ਹੀ ਕੁਸਾ ਕੁਸਾ ਨਾ ਬੂਟਿਆਂ ਨੂੰ ਆੜੂ ਦੀ ਠੰਡ ਪੀਏ ਚਲੋ ਸਰਚ ਕਰਨੇ ਆ ਜੀ ਪੂਰਾ ਬਾਗ ਫਿਰ ਸਾ ਇਨਸ਼ਾਅੱਲਾ ਕੁਦਰਾ ਨਹੀਂ ਕੁਦਰਾ ਸਾ ਕੀ ਨਜ਼ਰ ਆਈ ਜਾਸੀ ਹੈ ਲੇਕਿਨ ਹੁਣ ਪਤਾ ਤੇ ਮੇਨ ਚੀਜ਼ ਕਿਹੜੀ ਹੈ ਲੀਚੀ ਹੁਣ ਲੀਚੀ ਵਾਲੀ ਸਾਈਡ ਕਿੱਥੇ ਨਾ ਜੀ ਲੀਚੀ ਇਹ ਤਿਆਰ ਹੋ ਗਈ ਇਹ ਤਾਂ ਬਹੁਤ ਲੀਚੀ ਆ ਨਾ ਇਹ ਦੋਰੀ ਥੋੜਾ ਮਾਪ ਲਈ ਨਹੀਂ ਇਹ ਬਹੁਤ ਦੇਰ ਕੋਣ ਬਿਲਕੁਲ ਸਾਬਾ ਇਸੇ ਹਫਤਾ ਦਾ ਸਾਰੇ ਲਈ ਜੈਸਾ ਲੀਚੀ ਇਹ ਉਹ ਹੋਣੀ ਨਾ ਜਿਸ ਕੀ ਉੱਪਰ ਛਿੱਲੀ ਤੇ ਖਾਈ ਨਾ ਮਤਲਬ ਕਿ ਇਸ ਤਰ੍ਹਾਂ ਇਸ ਟਾਈਪ ਨਾ ਹੋਣਾ ਮੈਂ ਉਹ ਪੁੱਛਣਾ ਪਿਆ ਸਕੋ ਠੀਕ ਹੈ ਠੀਕ ਹੈ ਉਹ ਮੀ ਅਸਲੀ ਗੱਲ ਯਾਦ ਆਈ ਸੀ ਸਟੇਜ ਸ਼ੋ ਤੱਕਣਾ ਸਟੇਜ ਗਿਆ ਪਤਾ ਨਹੀਂ ਖਬਰਦਾਰ ਸਾ ਯਕੜਾ ਸਾ ਉਹ ਤੱਕਣਾ ਉਸਨੇ ਵਿੱਚ ਉਹ ਆਹਣਾ ਆ ਕਿ ਮੈਂ ਜਿਹੜਾ ਸਾਰੀ ਜ਼ਿੰਦਗੀ ਲੀਚੀ ਬਗੈਰ ਛਿੱਲੇ ਲਗਿਆ ਉਹ ਖਾਣਾ ਰਿਹਾ ਮੀ ਸਵਾਦ ਹੀ ਨਹੀਂ ਸਾਸ਼ਣਾ ਉਹ ਫਿਰ ਉਸ ਦੱਸਿਆ ਕਿ ਇਹਦਾ ਛਿੱਲੀ ਜਿਹੜੀ ਹੋਣੀ ਲੀਚੀ ਇਸਕੀ ਛਿੱਲੀ ਤਾਂ ਖਾਈ ਨਾ ਅਸਲ ਚੀਜ਼ ਵਿੱਚ ਆਉਣੀ ਆ ਖਾਣੇ ਲਈ ਅੱਛਾ ਮੈਂ ਇੱਕ ਹੋਰ ਚੀਜ਼ ਖਾਂਦਾ ਫਰੂਟਾਂ ਦੇ ਦੋ ਫਰੂਟ ਇੱਕ ਸਟ੍ਰੋਬੇਰੀ ਤੇ ਇੱਕ ਲੀਚੀ ਇਹਨਾਂ ਨੇ ਕੋਈ ਵੀ ਜਿਹੜੀ ਚੀਜ਼ ਬਣਦੀ ਟੇਸਟੀ ਹੋਣੀ ਲੱਗਣੇ ਆਪ ਆਪਣਾ ਦੇਖਦਾ ਵਾਹ ਮਾਸ਼ਾਅੱਲਾ ਜੀ ਇਹ ਪਿਛਲੀ ਦਵਾਈ ਸਾਇੰਸ ਨੇ ਲਗਾ ਉਸਨੇ ਇਹਨਾਂ ਪਰ ਇੰਨੇ ਤੇ ਬਹੁਤ ਫਾਇਦਾ ਆਣਾ ਬਾਗਾ ਨਾ ਬਾਗ ਇੱਕ ਅੱਧ ਚ ਮਾਸ਼ਮੀ ਲੱਭੀ ਜਾਣਾ ਤੂੰ ਇਹ ਪਿਛਲੀ ਦਫਾ ਸਾਇੰਸ ਨੂੰ ਉਹਲਾ ਵੀ ਲਗਾ ਉਸ ਉਹਲਾ ਵੀ ਲਗਾ ਉਸ ਮੈਂ ਯਾਦ ਹੀ ਕਾਇਆ ਨੇ ਮਿਸ਼ਾ ਕਾ ਬੱਲੇ ਬੱਲੇ ਕੋਈ ਸੱਜਾ ਖੱਬਾ ਵੀ ਜਲੋ ਹਾਂ ਇਸ ਤੋਂ ਪਹਿਲੇ ਕਿ ਇਹ ਅਟੈਕ ਹੋ ਜਾ ਦੇਖੋ ਟੇਣੇ ਪਰ ਮਾਸ਼ਾਅੱਲਾ ਹੀ ਆ ਨਹੀਂ ਚਖੜਾ ਪਰ ਸਾਈਜ਼ ਚੰਗਾ ਹੈ ਸਾਈਜ਼ ਮਾਲਟਾ ਆਮ ਨਹੀਂ ਨਹੀਂ ਬਹੁਤ ਬਹੁਤ ਵਸੀ ਹੈ ਜੀ ਉਹ ਸਾਈਡ ਤੇ ਸਾਰੇ ਅੰਗੂਰਾਂ ਲਾ ਸਾਨੂੰ ਇੱਥੇ ਆ ਕੇ ਮਿਕਸ ਅਪ ਹੋਈ ਗਿਆ ਸਿਸਟਮ ਸਾਰਾ ਨਹੀਂ ਲਾਇਆ ਸੀ ਨਹੀਂ ਲੇਕਿਨ ਜਿਹੜੀ ਧੁੱਪ ਹੀ ਨਾ ਬਿਲਕੁਲ ਬੰਦਾ ਬੜਾ ਸਮਝਦਾਰ ਹੈ ਖਾਣ ਦਾ ਦਿਓ ਅਜੇ ਚੱਕ ਮਾਰਿਆ ਨੀ ਕੈਸਾ ਆ ਮਰੀਜ਼ ਬੰਦੇ ਨਾਲ ਆਉਂਦੇ ਬਿਲਕੁਲ ਤੁਸੀਂ ਖਾਣਿਆ
ਮਾਸ਼ਾਅੱਲਾ ਜੀ ਠੀਕ ਆ ਜ਼ਾਇਕੇ ਅਸਲ ਥੋੜਾ ਢਿੱਲਾ ਸਾ ਨਾ ਮੈਂ ਤਾਂ ਚੈੱਕ ਕੀਤਾ ਆ ਬਿਸਰਾਰ ਸਾਹਿਬ ਜੀ ਮਾਕੜੀ ਖਾਣੇ ਵੀ ਇਹ ਮੈਂ ਹੁਣ ਚੈੱਕ ਕਰਨਾ ਆ ਇਰਫਾਨ ਸਾਹਿਬ ਵੀ ਚੈੱਕ ਕੀਤੀ ਹੈ ਠੀਕ ਜੀ ਬਿਲਕੁਲ ਨਹੀਂ ਖਾਣੀ ਹਾਂ 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 ਪਿਓ ਜੀ ਮਾਕੜੀ ਖਾਣੇ ਨਾ ਉਹ ਖਾਣੇ ਖਾਣੇ ਬੂਟੇ ਕੋਲ ਪਹਿਲੀ ਗੱਲ ਤਾਂ ਕਾਬਲੇ ਅਫਸੋਸ ਆਉਂਦੀ ਹੋਈ ਹੈ ਜਦੋਂ ਇਹ ਬੂਟਾ ਔਰ ਲੱਗਣਾ ਹੀ ਹੈ ਕਿ ਜਿਹੜੀ ਪਹਿਲੀ ਆਉਂਦੀ ਹੋਈ ਸੀ ਨਾ ਉਸਨੀ ਵਜ੍ਹਾ ਤੂੰ ਨਹੀਂ ਕੱਲ੍ਹ ਜਿਹੜੀ ਆਉਂਦੀ ਹੋਈ ਨਾ ਇਸਨੀ ਵਜ੍ਹਾ ਤੂੰ ਕਿਉਂਕਿ ਪੱਤਰ ਛੇਤਰ ਤਾਜ਼ਾ ਲੱਗੇ ਦੂਜੀ ਆਉਂਦੀ ਕਿ ਮਿਸਾਲ 10 ਸੜੇ ਹੋਈ ਗਏ ਲੇਕਿਨ ਆੜੂਆਂ ਸਾਈ ਲੱਭੀ ਕੇ ਲੱਗੇ ਹੋਏ ਹੁਣ ਚਾਹ ਸਭ ਲਾਉਂਦੇ ਪਏ ਕੋਈ ਕਿੰਨਾ ਜ਼ਿਆਦਾ ਲੱਗੇ ਇਹ ਉੱਪਰ ਕਿਉਂ ਕਾਬਲੇ ਇਸਤੇਮਾਲ ਆ ਸਾਈ ਤੂੰ ਲਾਉਣੇ ਨਾ ਜਾਂ ਪੀਆਂ ਡਿਠਾਉਣ ਜਿਹੜੀ ਹਾਂ 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 ਮੈਂ ਚੈੱਕ ਕਰਨ ਦੇ ਕਸਮੇ ਬਹੁਤ ਸਵਾਦ ਦੇ ਇਰਫਾਨ ਸਾਹਿਬ ਬਿਸਮਿਲ੍ਲਾਹ ਜ਼ਾਇਕਾ ਮਾਰੋ ਹੁਣ ਬਿਸਮਿਲ੍ਲਾਹ ਸਾਰੇ ਲਾਈ ਹੁੰਦੇ ਨੇ ਨਹੀਂ ਕਿਤੇ ਚੀਜ਼ ਹੋਈ ਫ੍ਰੀ ਲੱਭੀ ਜਾ ਰਹਾ ਮਨ ਨੂੰ ਛੋੜਨੇ ਨਾ ਹੈ ਨਾ ਬਾਬੇ ਬਹੁਤ ਮਜ਼ੇ ਨੇ ਅੱਜ ਲਾ ਮੁੜੀ ਜੋ ਸਾਹਿਬ ਆਪੇ ਕੀ ਦੱਸਣ ਬਾਬੇ ਮੀਆਂ ਦਾ ਦਿਵਣਾ ਮੈਂ ਤਾਂ ਉਹਨਾਂ ਹੀ ਦਿੱਤਾ ਇਹਦੇ ਨਾ ਇਹ ਨੀਤ ਕਰੀ ਤਾਂ ਨਿਕਲਣੇ ਕਰੂੰ ਕਸਮੇ ਆੜੂਆਂ ਜਿਹੜਾ ਸਵਾਦ ਹੈ ਨਾ ਬਹੁਤ ਮਜ਼ੇ ਨੇ ਆੜੂਆਂ ਲਾਈ ਆਏ ਨਾ ਫਰੈਸ਼ ਜੇ ਆੜੂਆਂ ਸਵਾਦ ਮਨੂੰ ਆੜੂਆਂ ਆ ਲਿਆ ਨਾ ਮਾਲਟੇ ਦੇ ਹੋਈ ਨਹੀਂ ਸਕਣਾ ਹਾਂ ਉਹ ਕੱਜ ਕੱਲ ਟਿੱਕੀਆਂ ਨਾਲ ਬੂ ਰੋਲਾ ਪਿਆ ਹੋਣਾ ਜੀ ਟਿੱਕੇ ਲਾਈ ਉਹਨੇ ਫਰੂਟ ਨਾਲ ਨਾ ਨਾ ਉਹ ਗੱਲ ਹੈ ਨਾ ਜੀ ਵੈਸੇ ਉਹ ਗੱਲ ਹੈ ਇਸ ਚੀਜ਼ ਤੋਂ ਪ੍ਰੇਸ ਕਰਨਾ ਚਾਹੀਦਾ ਕੋਈ ਗੱਲ ਖਬਰ ਨਹੀਂ ਫੈਲਾਉਣੀ ਚਾਹੀਦੀ ਇਹ ਲੋਕ ਤੱਕਣੇ ਨਹੀਂ ਹਨ ਕਿ ਅਸੀਂ ਇੱਕ ਖਬਰ ਨਹੀਂ ਵਜ੍ਹਾ ਤੂੰ ਕਿਸਾਨਾਂ ਕਿਸ ਤਰ੍ਹਾਂ ਨੁਕਸਾਨ ਹੋਇਆ ਕਿਸਾਨਾਂ ਬੜਾ ਨੁਕਸਾਨ ਹੋਇਆ ਓਵਰਆਲ ਮੁਲਕੀ ਤੌਰ ਪਰ ਬੜਾ ਨੁਕਸਾਨ ਹੋਇਆ ਕਿਉਂਕਿ ਬਾਹਰ ਵੀ ਜਾਣਾ ਆ ਇਹ ਚੀਜ਼ਾਂ ਦਾ ਉਹਨਾਂ ਭਾਈ ਰਹਾ ਹੋਇਆ ਕਿ ਜੀ ਕਿ ਡਾਕਟਰ ਕਹਿਣਾ ਆ ਫੋਨ ਜੇ ਕਹਿਣਾ ਆ ਉਹ ਬਾਈ ਨੇ ਪਰਿੰਦੇ ਨੇ ਮਾਰਿਆ ਜੀ ਇਸੇ ਉਹ ਸਾਰੇ ਕਿਹਾ ਬਜਾਉਣੇ ਉਸ ਕਿਸ ਸਭ ਜੋ ਹਲਾ ਜ਼ਰਾ ਢੋਲ ਕੀ ਵਜਾਓ ਗੋਰੀਓ ਬੋਰੀ ਨਹੀਂ ਕੱਟਣੀ ਕੀ ਬੋਰੀ ਇਹ ਮੈਂ ਤੁਹਾਨੂੰ ਪੁੱਛਣਾ ਜਾਣਾ ਇਹ ਤਾਂ ਮਿਸ਼ਾ ਘਰ ਇੱਕ ਬੰਦਾ ਸੀ ਦਾ ਪੁਜਾਣਾ ਕੋਈ ਮੰਤਕ ਹੋਰੀ ਬੋਰੀ ਨਹੀਂ ਕੋਈ ਮੰਤਕ ਹੋਰ ਚਲੋ ਚਲੋ ਜੀ ਅੱਲਾ ਹੈ ਕਰੇ ਜਿਹਨਾਂ ਮਾਲਕ ਹੈ ਉਹ ਬੇਤੋ ਜਾਣੇ ਹੁਣ ਆ ਕੇ ਬਾਗ ਬਾਗ ਵਸੀ ਪੈਮਾਣੇ ਪਰ ਇਸ ਪਰ ਮਾਲਟੇ ਖੁਬਾਣੀ ਆੜੂ ਇਸ ਸਾਈਡ ਬਹੁਤ ਜ਼ਿਆਦਾ ਆ ਠੀਕ ਹੈ ਇਸ ਸਾਈਡ ਵੀ ਜਨਾਬ ਬੜੇ ਬੜੇ ਤਣਾਅ ਬੂਟੇ ਨਾ ਜੀ ਇਹ ਖੁਬਾਣੀ ਆਹ ਜੀ ਅੱਗੇ ਜੁਸਾ ਨਾ ਉਹ ਬੂਟੇ ਕਿਸ ਨੇ ਪਤਾ ਕਰਦਾ ਇਹ ਸਾਰੇ ਖੁਬਾਣੀ ਨੇ ਨਾ ਨਾ ਹਾਂ ਜੀ ਵਾਹ 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 ਨਾ ਨਾ ਨਹੀਂ ਹੁਣ ਅੱਗੇ ਬਸ ਔਰ ਮਹੀਨਾ ਖਣ ਗੁਜ਼ਰਿਆ ਨਾ ਫਿਰ ਨਾਖ ਤਿਆਰ ਹੋਈ ਸੀ ਉਸ ਲਈ ਮੈਂ ਆਉਣਾ ਹੈ ਕਿ ਅੱਛਾ ਤਾਂ ਚਲੋ ਗਿਫਟ ਵਿੱਚ ਕੋਈ ਦੇਈ ਜੋ ਸੰਭਾਲ ਸਰ ਸਾਹਿਬ ਇਸ ਨਾਲ ਜ਼ਰਾ ਪੁੱਛੋ ਕਿ ਇਸ ਨਾ ਇਹ ਕਿਹ ਹਣੇ ਓਏ ਐ ਮਲੋ ਕਾਇ ਨੀ ਆਹ ਬੱਚੀ ਐ ਜਾ ਪਾਣੀ ਫਾਲ ਐ ਜਾ ਪਾਣੀ ਮਾਸ਼ਾਅੱਲਾ ਮਾਸ਼ਾਅੱਲਾ
ਜਗਾ ਬੜੀ ਬਹੁਤ ਬਹੁਤ ਪਹੁੰਚੀਆਂ ਅਸਾਂ ਮਾਲਟੀਆਂ ਕੋਲ ਮਾਲਟੇ ਜਿਹੜਾ ਨਹੀਂ ਪਤਾ ਸਾਨੂੰ ਤਾਂ ਬਾਈ ਨੇ ਨਾ ਜਿਹੜੇ ਛੰਗਣਗੇ ਉਸ ਲੈ ਪਹਿਲ ਬਣੀ ਜਾਣੇ ਹੋਣੇ ਨਾਲ ਨਾ ਸੀਜ਼ਨ ਆਇਆ ਵੀ ਤਾਂ ਸੀ ਨਾ ਪਹਿਲ ਜਿਹੜਾ ਬਿਆਸ ਨੇ ਉਹ ਥੋੜੀਆਂ ਜਿਹੀਆਂ ਚਮਗਿੱਦੜ ਉਸ ਦਾ ਨਾਮ ਹੀ ਸ਼ਾਗਾ ਉਹ ਆਈ ਆ ਫਿਰ ਚਮਗਿੱਦੜ ਬਿਲਕੁਲ ਸਿਰਫ ਹਾਲਸ ਫਰੂਟ ਬਾਗ ਲਗਾਵਾ ਅਗਲਾ ਫਰੂਟ ਪਿੰਡੀ ਫਰੂਟ ਪਿੰਡੀ ਨਾ ਪਿੰਡੀ ਫਰੂਟ ਬਾਗ ਆ ਸਾਰਾ ਦੋ ਸਾਲਾਂ ਜੀ ਨਾ ਪਿੰਡੀ ਲਾਈ ਹੈ ਭਿੰਡੀ ਪਸੰਦ ਹੋ ਸੀ ਨੇ ਜਿਹੜਾ ਇਰਫਾਨ ਸਾਡੇ ਪਾਪੇ ਕੀ ਬਹੁਤ ਜ਼ਿਆਦਾ ਪਸੰਦ ਹੈ ਕਹਿ ਭਿੰਡੀ ਹਲਾ ਮਾਕੜੀ ਹੋ ਯਾ ਮੀ ਚਿੱਲੋ ਜਿਹੜਾ ਦੀ ਦੇਸਣ ਪਾਵੇ ਹਲਾ ਜੀ ਸੋ ਕਹਿ ਬਣੇ ਹੋ ਮੈਂ ਆ ਤੋ ਕੇਲੇ ਨੂੰ ਬੁਟਾ ਦਾ ਹਲਾ 6 ਫੁੱਟ ਵੀ ਨਹੀਂ ਨਾ ਬਿਲਕੁਲ ਕੇਲੀਆਂ ਲੱਗੀਆਂ ਵੀ ਆ ਤਾ ਨਹੀਂ ਇਹ ਤਾਂ ਮੂੰਹ ਗੁੱਛਾ ਲਾਉਣਾ ਸੋ ਇਹ ਲੇਟ ਆ ਜਿਹੜਾ ਕਿ ਜਿਹੜੇ 6.5 ਕੇਲੇ ਉੱਕਾ ਦੌੜ ਕਿਤੇ ਨਾ ਬਿਲਕੁਲ ਜਲਦੀ ਭੱਜ ਜਾਣਾ 6 ਫੁੱਟ ਨਹੀਂ ਕੱਟ ਦਾ ਪ੍ਰਾਂ ਥੋੜੀ ਲਈ ਹੋਰ ਮਾਸ਼ਾਅੱਲਾ ਇਧਰ ਤੱਕ ਨਾ ਇੱਕ ਨਾ ਬੂਟਾ ਮਾਰ ਨਿੰਬੂ ਨਾ ਓਏ ਨਿੰਬੂ 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 ਕਦੇ ਕਦੇ ਹਰ ਹਰ ਘਰਾਂ ਲੱਗੇ ਹੋਣੇ ਸੀ ਤਾਂ ਗਰਮੀਆਂ ਵਿੱਚ ਚੀਣੀ ਬਾਈ ਤਾਂ ਨਿੰਬੂ ਨਚੋੜੀ ਅਤੇ ਸ਼ਰਬਤ ਵੀ ਆਈ ਪੀ ਕਿਸੇ ਨਾਲ ਬਣਨਾ ਸੀ ਲੇਕਿਨ ਹੁਣ ਆਵਾਮ ਬਣਾਈ ਗਈਆਂ ਕੋਠੀਆਂ ਬੂਟੇ ਬੋਣੇ ਪੱਟੀ ਉੜੇ ਨੇ ਤੇਰੇ ਘਰ ਨਿੰਬੂ ਲੱਗੇ ਤਕਸਾਂ ਕਿਆ ਬਣਾ ਉਸੇ ਪਤਾ ਘਰ ਲੱਗੇ ਹੋਏ ਕੋਈ ਨਾ ਨਿੰਬੂ ਕਿੰਨੇ ਨੇ ਨਾ ਜੀ ਹਾਲੇ ਰੋਜ਼ਾਨਾ ਵੀਡੀਓ ਬਣਾਉਣ ਜਿਹਾ ਅੱਛਾ ਅਗਰ ਸਹਾਇਕ ਬੋਤਲ ਜਨਾਬ ਸ਼ਰਬਤ ਬਣਾਈ ਕਿ ਨਿਸ਼ਾ ਕਰਿਆ ਹਾਲਾ ਚਲੋ ਠੀਕ ਹੈ ਮੈਂ ਮਾੜਾ ਆ ਮੂੰਹ ਵਜ਼ਨ ਹੀ ਆਉਣਾ ਜੀ ਅਸਲ ਬਿਲਕੁਲ ਐਸਾ ਹੀ ਹੈ ਚਲ ਵਿਜ਼ਿਟ ਔਰ ਸਾਨੂੰ ਤੱਕਣਾ ਵੀ ਅਸਲ ਸੂਰਜ ਵੀ ਡੁੱਬਣਾ ਪਿਆ ਅੱਜ ਅਸਾਂ ਮੌਜੂਦ ਹਾਂ ਛਤਰੋ ਵਿੱਚ ਤੂੰ ਤੋਂ ਵਾਪਸ ਜਾਣਾ ਕਾਫੀ ਟਾਈਮ ਲੱਗਸੀ ਨਾ ਕਰਨੇ ਅੱਧਾ ਘੰਟਾ ਪੌਣਾ ਘੰਟਾ ਲਈ ਜਾਂ ਸੈਂਟਰ ਡਿਆਲ ਪਹੁੰਚਣਾ ਤੱਕ ਬਿਲਕੁਲ ਐਸਾ ਤਾਂ ਹੁਣ ਸਾਡੇ ਸਾਹਮਣੇ ਲਿਖਿਆ ਬਾਬੇ ਨਜ਼ੀਰ ਖੁਦਾ ਹਾਫਿਜ਼ ਤਾਂ ਅਸਾਂ ਵੀ ਹੁਣ ਖੁਦਾ ਹਾਫਿਜ਼ ਤਾਂ ਨਿਕਲੇ ਹਾਂ ਪੈਣਾ ਪਰਾਂ ਕੀ ਉਮੀਦ ਹੈ ਕਿ ਅੱਜ ਨਹੀਂ ਪੈਣਾ ਪਰਾਂ ਕਿ ਵੀਡੀਓ ਸਾਡੀ ਪਸੰਦ ਆਈ ਅਸੀਂ ਹੰਸੀ ਮਜ਼ਾਕ ਹੋਇਆ ਸ਼ੁਕਰ ਮਿਲਾ ਹੋਇਆ ਜਿਹੜਾ ਕੋਈ ਖਾਧਾ ਪੁੱਛਣਾ ਪਾਪੇ ਕਿ ਸਾਨੂੰ ਦੱਸੀ ਤਾਂ ਆਏ ਹੋ ਠੀਕ ਹੈ ਕਿ ਅਸਾਂ ਇਹ ਦੋ ਜਿਲ੍ਹਾ ਖਾਈਦਾ ਆਏ ਨੇ ਉੱਥੋਂ ਬਿਲਕੁਲ ਇਨਸ਼ਾਅੱਲਾ ਨੈਕਸਟ ਵੀਡੀਓ ਸਾਨੂੰ ਮੁਲਾਕਾਤ ਤੁਸੀਂ ਤਦ ਤੱਕ ਆਪਣੇ ਤਾਂ ਆਪਣੇ ਪਿਆਰਿਆਂ ਨਾਲ ਬਹੁਤ ਸਾਰਾ ਖਿਆਲ ਰੱਖਿਆ ਤੁਹਾਨੂੰ ਵੀ ਤੁਸੀਂ ਕਿ ਵੀ ਯਾਦ ਰੱਖਿਆ ਫੀ ਅਮਾਨ